ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਤੁਹਾਨੂੰ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਦਿਲੋਂ ਧੰਨਵਾਦ ਕਿ ਤੁਸੀਂ ਟਾਈਮ ਕੱਢ ਕੇ ਮੇਰੇ ਵਲੌਗਸ ਦੇਖਦੇ ਹੋ। ਅਤੇ ਦੂਸਰੀ ਗੱਲ ਇਹ ਕਿ ਤੁਹਾਡੇ 'ਚੋਂ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਇਨਸਾਈਡ ਦਾ ਫਰੇਮ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਸਬਸਕ੍ਰਾਈਬ ਜ਼ਰੂਰ ਕਰੋ, ਬੈੱਲ ਦਾ ਆਈਕਨ ਜ਼ਰੂਰ ਦੱਬੋ ਤਾਂ ਕਿ ਮੇਰੇ ਆਉਣ ਵਾਲੇ ਵਲੌਗਸ ਤੁਹਾਨੂੰ ਅਪਡੇਟ ਹੁੰਦੇ ਰਹਿਣ। ਅਤੇ ਅੱਜ ਦੀ ਜਿਹੜੀ ਸਾਡੀ ਯਾਤਰਾ ਹੈਗੀ ਆ, ਸਾਡੀ ਜਰਨੀ ਹੈਗੀ ਆ, ਉਹ ਹੈਗੇ ਜੀ ਧਾਰਮਿਕ ਸਥਾਨ ਮਾਤਾ ਵੈਸ਼ਨੋ ਦੇਵੀ ਜੀ। ਅਤੇ ਕਾਫੀ ਲੰਬੇ ਟਾਈਮ ਤੋਂ ਸਾਡਾ ਪਲਾਨ ਚੱਲ ਰਿਹਾ ਸੀ ਕਿ ਅਸੀਂ ਦਰਸ਼ਨ ਕਰਕੇ ਆਈਏ, ਲੇਕਿਨ ਮਾਤਾ ਦਾ ਬੁਲਾਵਾ ਜਦ ਤੱਕ ਨਹੀਂ ਆਉਂਦਾ ਤਦ ਤੱਕ ਦਰਸ਼ਨ ਕਰਨੇ ਮਤਲਬ ਮੁਮਕਿਨ ਨਹੀਂ ਹੈਗੇ। ਸੋ ਮੈਂ ਤਕਰੀਬਨ ਪਹਿਲਾਂ 2 ਵਾਰ ਮਾਤਾ ਜੀ ਦੇ ਦਰਸ਼ਨ ਕਰਨ ਗਿਆ ਹੈ ਅਤੇ ਹੁਣ ਕਾਫੀ ਸਾਲਾਂ ਤੋਂ ਮਤਲਬ ਮਨ ਸੀਗਾ ਕਿ ਜਾਈਏ। ਸੋ ਅੱਜ ਸਾਡਾ ਪਲਾਨ ਬਣਿਆ ਅਚਾਨਕ ਹੀ। ਕੱਲ੍ਹ ਮੇਰਾ ਫਰੈਂਡ ਅਸ਼ਵਨੀ, ਉਹਦਾ ਫੋਨ ਆਇਆ ਮੈਨੂੰ, ਮੈਂ ਮੋਹਾਲੀ ਤੋਂ ਵਾਪਸ ਆ ਰਿਹਾ ਸੀ ਅਤੇ ਮੇਰੇ ਦੂਸਰੇ ਫਰੈਂਡ ਤਰੁਣ ਜੀ ਅਤੇ ਉਹਨਾਂ ਨਾਲ ਵੀ ਮੈਂ ਤੁਹਾਨੂੰ ਮਿਲਵਾਉਣਾ ਹੈ। ਅਤੇ ਦੋਨਾਂ ਦਾ ਫੋਨ ਆਇਆ ਕਿ ਆਪਾਂ ਕਿਵੇਂ ਕਰੀਏ, ਵੀ ਫਰਾਈਡੇ ਸੈਟਰਡੇ ਨਿਕਲੀਏ। ਪਹਿਲਾਂ ਤਾਂ ਇੱਕ ਵਾਰ ਮੈਂ ਕਿਹਾ ਕਿ ਚਲੋ ਦੇਖਦੇ ਹਾਂ, ਲੇਕਿਨ ਫਿਰ ਕਿਹਾ ਕਿ ਚਲੋ ਆਪਾਂ ਬਣਾਉਂਦੇ ਹਾਂ ਪ੍ਰੋਗਰਾਮ, ਇਸ ਤਰ੍ਹਾਂ ਹੀ ਜਾਇਆ ਜਾਊਗਾ, ਰਾਈਟ। ਅਤੇ ਦੂਸਰਾ ਇਹ ਸੀ ਖੁਸ਼ਖਬਰੀ ਕਿ ਸਾਡਾ ਦੋਸਤ ਅਸ਼ਵਨੀ, ਉਹਨੇ ਨਵੀਂ ਗੱਡੀ ਲਈ ਆ ਜੀ, ਅਤੇ ਸਾਨੂੰ ਇਹ ਸੀ ਕਿ ਚਲੋ ਗੱਡੀ ਦਾ ਵੀ ਮੱਥਾ ਟਿਕਾ ਕੇ ਲੈ ਕੇ ਆਉਂਦੇ ਹਾਂ। ਅਤੇ ਇਹ ਆ ਜੀ ਮੇਰੇ ਨਾਲ ਅਸ਼ਵਨੀ ਗੋਇਲ, ਅਤੇ ਇਹਨੂੰ ਵਧਾਈਆਂ ਨਵੀਂ ਕਾਰ ਦੀਆਂ। ਅਤੇ ਇਹ ਨੇ ਜੀ ਸਾਡੇ ਨਾਲ ਤਰੁਣ ਜੀ। ਹੈਲੋ ਤਰੁਣ ਜੀ, ਲਾੜਵਾ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਮੈਨੇਜਰ ਨੇ, ਅਤੇ ਅਸ਼ਵਨੀ ਮੁਲਾਣਾ ਯੂਨੀਵਰਸਿਟੀ ਵਿੱਚ ਸਾਰਾ ਜਿਹੜਾ ਐਡਮਿਸ਼ਨ ਸੈੱਲ ਦੇਖਦਾ ਹੈ। ਅਤੇ ਮੇਰਾ ਬਹੁਤ ਕਲੋਜ਼ ਫਰੈਂਡ ਹੈ ਤਰੁਣ ਜੀ ਵੀ, ਮੇਰੇ ਬਹੁਤ ਵਧੀਆ ਫਰੈਂਡ ਨੇ। ਅਤੇ ਅੱਜ ਅਸੀਂ ਤਿੰਨੋਂ ਜਾਣੇ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਨ ਨਿਕਲੇ ਹਾਂ। ਅਤੇ ਇਸ ਵੇਲੇ ਅਸੀਂ ਅੰਬਾਲਾ ਖੜੇ ਹਾਂ, ਅਤੇ ਅਸੀਂ ਡਿਸਾਈਡ ਕੀਤਾ ਸੀ ਪਹਿਲਾਂ ਕਿ ਸੈਟਰਡੇ ਮਾਰਨਿੰਗ ਜਾਵਾਂਗੇ, ਹੈ ਨਾ। ਅਤੇ ਫਿਰ ਤਰੁਣ ਜੀ ਨੇ ਕਿਸੇ ਕੰਮ ਲਈ, ਆਪਣੀ ਟ੍ਰੇਨਿੰਗ ਲਈ ਕਹਿ ਲਓ ਜਾਂ ਕਿਸੇ ਹੋਰ ਕੰਮ ਲਈ, ਇਹਨਾਂ ਨੇ ਬਿਹਾਰ ਜਾਣਾ ਹੈ ਪਰਸੋਂ ਜਾਂ ਚੌਥ, ਕਿਸ ਦਿਨ ਜਾਣਾ? 29th ਨਾ। ਤੋ ਸਾਡੇ ਕੋਲ ਟਾਈਮ ਘੱਟ ਸੀ, ਤੋ ਅਸੀਂ ਪਲਾਨ ਕੀਤਾ ਕਿ ਅਸੀਂ ਆਪਣਾ ਰਾਤ ਨੂੰ ਮਤਲਬ ਸਫ਼ਰ ਕਰਦੇ ਹਾਂ, ਰਾਤੋ ਰਾਤ ਅਸੀਂ ਹੁਣ ਕਟਰਾ ਪਹੁੰਚਾਂਗੇ ਅਰਲੀ ਮਾਰਨਿੰਗ, ਅਤੇ ਉੱਥੋਂ ਫਿਰ ਅਸੀਂ ਆਪਣੀ ਜਰਨੀ ਸ਼ੁਰੂ ਕਰਾਂਗੇ, ਯਾਤਰਾ ਸ਼ੁਰੂ ਕਰਾਂਗੇ। ਅਤੇ ਰਸਤੇ 'ਚ ਗੱਲਾਂ ਵੀ ਕਰਦੇ ਜਾਵਾਂਗੇ, ਤੁਹਾਨੂੰ ਸਫ਼ਰ ਵੀ ਦਿਖਾਵਾਂਗੇ, ਆਪਣਾ ਗੱਲਾਂ ਬਾਤਾਂ ਵੀ ਕਰਾਂਗੇ, ਅਤੇ ਮਾਤਾ ਜੀ ਦੇ ਦਰਸ਼ਨ ਵੀ ਕਰਾਵਾਂਗੇ। ਸੋ ਜੁੜੇ ਰਹੋ ਜੀ। ਜੈ ਮਾਤਾ, ਜੈ ਮਾਤਾ, ਜੈ ਮਾਤਾ ਜੀ। ਸੋ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ, ਅਤੇ ਹੁਣ ਲੱਗੀ ਆ ਬਹੁਤ ਜ਼ਿਆਦਾ ਭੁੱਖ, ਅਤੇ ਅਸੀਂ ਹੁਣ ਲੱਗੇ ਹਾਂ ਜੀ ਪੇਟ ਪੂਜਾ ਕਰਨ, ਕਿਉਂਕਿ ਫਿਰ ਇਸ ਤੋਂ ਅੱਗੇ ਮੈਨੂੰ ਲੱਗਦਾ ਰਸਤੇ ਦੇ ਵਿੱਚ ਇੱਕ ਤਾਂ ਰਾਤ ਦਾ ਵੇਲਾ ਹੈ, ਟਾਈਮ ਜ਼ਿਆਦਾ ਹੋ ਰਿਹਾ, ਅਤੇ ਫਿਰ ਕੋਈ ਉਮੀਦ ਨਹੀਂ ਹੈਗੀ ਕਿ ਕੁਛ ਅੱਗੇ ਸਾਨੂੰ ਮਿਲੂਗਾ। ਅਤੇ ਬੈਟਰ ਹੈ ਕਿ ਅਸੀਂ ਇੱਥੇ ਕੁਛ ਖਾ ਲਈਏ। ਹਾਂਜੀ, ਮਿਲਿਆ ਕੁਛ ਕਿ ਨਹੀਂ? ਇਹ ਦੇਖੋ ਸੈਂਟਾ ਜੀ ਇੱਥੇ ਖੜ੍ਹੇ ਨੇ, ਇਹ ਮੇਰੇ ਖਿਆਲ ਪਤਾ ਨਹੀਂ ਪਿਛਲੀ ਕ੍ਰਿਸਮਿਸ ਤੋਂ ਖੜ੍ਹੇ ਨੇ ਇੱਥੇ, ਅਗਲੀ ਕ੍ਰਿਸਮਿਸ ਦੀ ਵੇਟ ਕਰ ਰਹੇ ਨੇ। ਹਾਂਜੀ, ਕੀ ਖਿਲਾਓਗੇ? ਸੋ ਅਸੀਂ ਸਭ ਦਾ ਔਡਰ ਦਿੱਤਾ, ਅਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਹੁਣੇ ਬੰਦ ਕਰਨ ਵਾਲੇ ਹਾਂ ਅਸੀਂ। ਸੋ ਮੈਂ ਹੁਣ ਆਪਣੀ ਫਟਾਫਟ ਕੌਫੀ ਔਡਰ ਕਰਨ ਜਾ ਰਿਹਾ, ਸੋ ਪਹਿਲਾਂ ਕਿ ਕੌਫੀ ਬੰਦ ਹੋ ਜੇ ਅਤੇ ਮੈਂ ਆਪਣੇ ਲਈ ਕੌਫੀ ਲੈਣਾ। ਸੋ ਮੈਂ ਔਡਰ ਕੀਤੀ ਹੈ ਜੀ ਬਰਿਸਤਾ ਕੌਫੀ, ਕਿਉਂਕਿ ਵਿਦਾਊਟ ਸ਼ੂਗਰ ਇਹਨਾਂ ਕੋਲ ਸਿਰਫ ਇਹੀ ਕੌਫੀ ਹੁੰਦੀ ਹੈ। ਸੋ ਕੌਫੀ ਹੋ ਰਹੀ ਹੈ ਰੈਡੀ, ਇਹ ਬਹੁਤ ਸੋਹਣੀ ਜਗ੍ਹਾ ਹੈਗੀ ਹੈ, ਅਤੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਉਸ ਕਰਕੇ ਇੱਥੇ ਰਸ਼ ਨਹੀਂ ਹੈਗਾ ਬਿਲਕੁਲ ਵੀ, ਅਦਰਵਾਈਜ਼ ਬਹੁਤ ਸੋਹਣਾ ਮਤਲਬ ਸਿਸਟਮ ਇਹਨਾਂ ਦਾ, ਇੱਥੇ ਸਿਟਿੰਗ ਸਪੇਸ ਬਹੁਤ ਜ਼ਿਆਦਾ ਹੈਗਾ ਹੈ। ਸੋ ਪੇਟ ਪੂਜਾ ਹੋ ਚੁੱਕੀ ਹੈ ਜੀ, ਅਤੇ ਇਸ ਵੇਲੇ ਅਸੀਂ ਜਲੰਧਰ ਹਾਂ, ਹੁਣ ਅਸੀਂ ਨਿਕਲ ਰਹੇ ਹਾਂ ਇੱਥੋਂ ਜੰਮੂ ਲਈ, ਅਤੇ ਸਵੇਰੇ ਫਿਰ ਯਾਤਰਾ ਸ਼ੁਰੂ ਕਰਾਂਗੇ ਅਤੇ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਮਾਤਾ ਜੀ ਦੇ। ਜੈ ਮਾਤਾ ਜੀ। ਅਸੀਂ ਪਹੁੰਚ ਚੁੱਕੇ ਹਾਂ ਲਖਨਪੁਰ ਬਾਰਡਰ 'ਤੇ, ਜਿੱਥੋਂ ਕਿ ਆਪਣਾ ਜੰਮੂ ਕਸ਼ਮੀਰ ਜਿਹੜੀ ਸਟੇਟ ਹੈਗੀ ਆ ਉਹਦੀ ਐਂਟਰੀ ਹੈਗੀ ਆ, ਅਤੇ ਜਸਟ ਅਸੀਂ ਐਂਟਰ ਕੀਤਾ ਅਤੇ ਇਹ ਜਗ੍ਹਾ ਦਾ ਨਾਮ ਹੈਗਾ ਲਖਨਪੁਰ। ਅਤੇ ਇੱਥੇ ਅਸ਼ਵਨੀ ਜੀ ਦੱਸ ਰਹੇ ਨੇ ਕਿ ਕਾਫੀ ਇੱਥੇ ਸ਼ੋਪਸ ਹੈਗੀਆਂ ਨੇ, ਤੁਹਾਨੂੰ ਮੈਂ ਦਿਖਾਉਣਾ। ਇੱਥੇ ਕੋਈ ਖਾਸ ਕਿਸਮ ਦੇ ਛੋਟੇ ਛੋਟੇ ਕਹਿ ਲਓ ਪਕੌੜੇ ਟਾਈਪ ਮਿਲਦੇ ਨੇ ਕੁਝ, ਅਤੇ ਆਪਾਂ ਉਹ ਦੇਖਦੇ ਹਾਂ ਕੀ ਚੀਜ਼ ਮਿਲਦੀ ਹੈ ਅਤੇ ਉਹਦੀ ਕੀ ਖਾਸੀਅਤ ਹੈ। ਇਹ ਅਸ਼ਵਨੀ ਕੁਛ ਲੈ ਕੇ ਆਇਆ ਮੈਨੂੰ ਲੱਗਦਾ, ਕਿਆ ਲੈ ਕੇ ਆਇਆ? ਇਹ ਹੈ ਜੀ ਦੇਖੋ ਸ਼ੌਪ, ਇਹ ਹੈਗੀ ਇੱਥੇ ਦੀ ਖਾਸੀਅਤ।
ਅਸੀਂ ਲਖਨਪੁਰ ਦੇ ਪਕੌੜੇ ਖਾ ਲਏ ਜੀ ਪਰ ਕੋਈ ਖਾਸ ਮਜ਼ਾ ਨਹੀਂ ਆਇਆ ਨਾ ਦੇਖਣ ਚ ਜ਼ਿਆਦਾ ਵਧੀਆ ਸੀਗਾ ਲੇਕਿਨ ਮਜ਼ਾ ਨਹੀਂ ਆਇਆ ਤੇ ਗੱਲਾਂ ਮਾਰਨ ਨੂੰ ਜ਼ਿਆਦਾ ਸਵਾਦ ਗੱਲਾਂ ਮਾਰਨ ਨੂੰ ਜ਼ਿਆਦਾ ਵਧੀਆ ਸੀ ਜਿਹੜਾ ਉਹਨਾਂ ਦਾ ਬੁਲਾਉਣ ਦਾ ਤਰੀਕਾ ਹੈ ਨਾ ਪਕੌੜੇ ਖਾਣ ਵਾਸਤੇ ਉਹ ਬਹੁਤ ਵਧੀਆ ਸੀ ਖਾਲੋ ਇਕੱਲੇ ਇਕੱਲੇ ਹਾਂ ਫਿਰ ਪਤਾ ਨਹੀਂ ਕਹਿੰਦੇ ਵੀ ਗੱਡੀ ਥੱਲੇ ਆ ਜਾਓ ਉਹਨੇ ਕੀ ਸਲਾ ਹੋਰੇ ਕੁਝ ਬੋਲਤਾ ਤੇ ਹੁਣ ਅਸੀਂ ਚਾਹ ਪੀਣੀ ਆ ਜੀ ਦੇਖੋ ਤੇ ਹੁਣ ਅਸੀਂ ਦੇਖਦੇ ਹਾਂ ਅੱਗੇ ਜਾ ਕੇ ਕੋਈ ਵਧੀਆ ਜਿਹਾ ਢਾਬਾ ਲੱਭਦੇ ਹਾਂ ਤੇ ਉੱਥੇ ਕੈਡੀ ਜੀ ਫਿਰ ਚਾਹ ਪੀਂਦੇ ਹਾਂ ਠੀਕ ਹੈ ਜੀ ਸੋ ਇੱਥੋਂ ਕਟਰਾ ਰਹਿ ਗਿਆ ਜੀ ਤਕਰੀਬਨ 45 ਕਿਲੋਮੀਟਰ ਅਤੇ ਹੁਣ ਥੋੜ੍ਹੀ ਜਿਹੀ ਨੀਂਦ ਦੀ ਝਪਕੀਆਂ ਜੀ ਆਉਣ ਲੱਗ ਗਈਆਂ ਅਤੇ ਅਸੀਂ ਰੁਕੇ ਹਾਂ ਇੱਥੇ ਚਾਹ ਪੀਣ ਵਾਸਤੇ ਅਤੇ ਬਹੁਤ ਦੇਰ ਵੇਟ ਕਰਨ ਤੋਂ ਬਾਅਦ ਸਾਨੂੰ ਇਹ ਢਾਬਾ ਮਿਲਿਆ ਸਰਪੰਚ ਢਾਬਾ ਮੇਰੇ ਖਿਆਲ ਹੈ ਪਿਛਲੇ ਤਕਰੀਬਨ 40-45 ਕਿਲੋਮੀਟਰ ਸਾਨੂੰ ਕੋਈ ਵੀ ਢਾਬਾ ਜਾਂ ਦੁਕਾਨ ਨਹੀਂ ਮਿਲੀ ਸੋ ਹੁਣ ਇੱਥੇ ਅਸੀਂ ਪੀਵਾਂਗੇ ਜੀ ਚਾਹ ਹਾਂਜੀ ਕੈਸੀ ਹੈ ਚਾਹ ਸੋ ਅਸੀਂ ਪਹੁੰਚ ਚੁੱਕੇ ਹਾਂ ਜੀ ਕਟਰਾ ਅਤੇ ਇਸ ਵੇਲੇ ਸਵੇਰ ਦੇ ਤਕਰੀਬਨ 4:15 ਵੱਜ ਚੁੱਕੇ ਨੇ ਕੱਲ੍ਹ ਸ਼ਾਮ ਅਸੀਂ 7 ਵਜੇ ਚੱਲੇ ਸੀਗੇ ਲਾੜਵਾ ਤੋਂ ਤਾਂ 9 ਘੰਟੇ ਬਣਦੇ ਨੇ ਅਤੇ ਰਾਹ 'ਚ ਜੇ ਅਸੀਂ ਲਾਈਏ 1 ਘੰਟਾ ਅਸੀਂ ਰੁਕੇ ਵੀ ਹਾਂ ਦੋ ਜਗ੍ਹਾ ਅਤੇ ਤਕਰੀਬਨ 7.5 ਜਾਂ 8 ਘੰਟੇ 'ਚ ਅਸੀਂ ਇੱਥੇ ਤੱਕ ਪਹੁੰਚੇ ਹਾਂ ਅਤੇ ਸਾਰੇ ਰਸਤੇ ਡਰਾਈਵ ਵੀ ਮੈਂ ਹੀ ਕੀਤੀ ਹੈ ਸੋ ਇਸ ਟਾਈਮ ਥਕਾਵਟ ਬਹੁਤ ਜ਼ਿਆਦਾ ਹੈ ਅਤੇ ਅਸ਼ਵਨੀ ਹੋਣੀ ਹੋਟਲ ਚੈੱਕ ਕਰਨ ਗਏ ਨੇ ਜਿਹੜਾ ਬੁੱਕ ਕਰਾਇਆ ਸੀਗਾ ਅਤੇ ਹੁਣ ਜਾ ਕੇ ਡਿਸਾਈਡ ਕਰਦੇ ਹਾਂ ਕਿ ਹੁਣ ਚੜ੍ਹਾਈ ਰਾਤ ਨੂੰ ਸ਼ੁਰੂ ਕਰਨੀ ਹੈ ਮਤਲਬ ਰਾਤ ਤਾਂ ਨਹੀਂ ਹੁਣ ਤਾਂ ਸਵੇਰ ਹੋ ਚੁੱਕੀ ਵੀ ਹੁਣੇ ਸ਼ੁਰੂ ਕਰ ਦਈਏ ਥੋੜ੍ਹਾ ਫਰੈਸ਼ ਹੋ ਕੇ ਜਾਂ ਫਿਰ ਥੋੜ੍ਹਾ ਸੋਣਾ 2-3 ਘੰਟੇ ਇਹ ਹੁਣ ਅੰਦਰ ਜਾ ਕੇ ਡਿਸਾਈਡ ਕਰਾਂਗੇ ਫਿਰ ਦੇਖਦੇ ਹਾਂ ਕਿੱਦਾਂ ਹੁੰਦਾ ਹੈ ਅਤੇ ਫਿਰ ਕਰਦੇ ਹਾਂ ਜੀ ਯਾਤਰਾ ਸ਼ੁਰੂ